ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਤੇ ਖੁਸ਼ੀ ਕੁਮਰੀਆ ਲੈਂਦਾ ਪੰਜਾਬ ਖੁਸ਼ੀ ਦੇ ਵਲੌਗਸ ਤੁਹਾਡੇ ਕੋਲ ਅਗਲੇ 1-2 ਦਿਨਾਂ ਤੋਂ ਆਉਣੇ ਸ਼ੁਰੂ ਹੋ ਜਾਣਗੇ ਗੱਲਬਾਤ ਮੇਰੀ ਹੋ ਗਈ ਤੇ ਵਲੌਗਿੰਗ ਖੁਸ਼ੀ ਕਰ ਰਹੀ ਹੈ ਤੇ ਸਾਰਾ ਕੁਝ ਵਧੀਆ ਟੂਰ ਚੱਲ ਰਿਹਾ ਤੇ ਮੈਂ ਅੱਜ ਆਇਆ ਹਾਂ ਬਟਾਲੇ ਚੜ੍ਹਦੇ ਪੰਜਾਬ ਦੇ ਵਿੱਚ ਇੱਥੇ ਤੁਹਾਨੂੰ ਦਿਖਾਉਣਾ ਇੱਕ ਗੁਰਦੁਆਰਾ ਸਾਹਿਬ ਜਿੱਥੇ ਗੁਰਨਾਨਕ ਪਾਤਸ਼ਾਹ ਆਪਣੀ ਬਰਾਤ ਲੈ ਕੇ ਆਏ ਸੀ ਜਿਹੜੀ ਪਿੱਛੇ ਇਮਾਰਤ ਦਿਖ ਰਹੀ ਹੈ ਬਟਾਲੇ ਦਾ ਸਰਕਾਰੀ ਗਵਰਨਮੈਂਟ ਕਾਲਜ ਹੈ ਤੇ ਇੱਥੇ ਸਰਦਾਰ ਸਾਹਿਬ ਪ੍ਰੋਫੈਸਰ ਨੇ ਆਪਣੇ ਮਿੱਤਰ ਨੇਗੇ ਗਗਨ ਫਰਦੌਸੀ ਤੇ ਕਿਹੜਾ ਡਿਪਾਰਟਮੈਂਟ ਪੰਜਾਬੀ ਡਿਪਾਰਟਮੈਂਟ ਚ ਪ੍ਰੋਫੈਸਰ ਨੇ ਇੱਥੇ ਤੇ ਆ ਸਾਡੇ ਨਾਲ ਮਿੱਤਰ ਆ ਸਾਡਾ ਪ੍ਰਾਣਾ ਸ਼ੇਰਾ ਤੇ ਅਸੀਂ ਚੱਲੇ ਹੁਣ ਇਥੋਂ ਗੁਰਦੁਆਰਾ ਕੰਦ ਸਾਹਿਬ ਤੇ ਪ੍ਰੋਫੈਸਰ ਸਾਹਿਬ ਯੂਥ ਫੈਸਟੀਵਲ ਦੀਆਂ ਤਿਆਰੀਆਂ ਚੱਲ ਰਹੀ ਹੈ ਉੱਧਰ ਉਲਝੇ ਹੋਏ ਆ ਸ਼ਾਇਦ ਇਹ ਸਾਡੇ ਨਾਲ ਨਾ ਜਾਣ ਤੇ ਸ਼ੇਰਾ ਮੇਰੇ ਨਾਲ ਜਾਊਗਾ ਤੁਹਾਨੂੰ ਮੈਂ ਨਾਲੇ ਪਹਿਲਾਂ ਕਾਲਜ ਦਾ ਵੀਊ ਦਿਖਾਉਣਾ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆ ਤੇ ਜਿਹੜੇ ਖੁਸ਼ੀ ਦੇ ਵਲੌਗ ਸੀਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆਗਾ ਨਨਕਾਣਾ ਸਾਹਿਬ ਦਾ ਪੰਜਾ ਸਾਹਿਬ ਦਾ ਲਾਹੌਰ ਦਾ ਸਾਰੇ ਤੁਹਾਡੇ ਕੋਲ ਸੀਕੁਐਂਸ ਵਾਈਜ਼ ਵਲੌਗ ਆ ਸ਼ਾਇਦ ਇੱਕ ਅੱਧਾ ਦਿਨ ਡਿਲੇ ਹੋ ਜਾ ਕਰੇ ਉਹਦਾ ਕਾਰਨ ਇਹ ਹੈ ਕਿਉਂਕਿ ਮਤਲਬ ਨੈਟਵਰਕ ਦੀ ਉੱਥੇ ਪ੍ਰੋਬਲਮ ਹੈ ਅਪਲੋਡਿੰਗ ਦੀ ਪ੍ਰੋਬਲਮ ਹੈਗੀ ਤਾਂ ਕਰਕੇ ਮੇਰੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਸਾਰੇ ਤੁਹਾਨੂੰ ਉੱਤਰਲੇ ਪਾਸੇ ਸਾਰਾ ਕੁਝ ਦੇਖਣ ਨੂੰ ਮਿਲੂਗਾ ਲਹਿੰਦੇ ਪੰਜਾਬ ਦਾ ਤੇ ਕਾਲਜ ਦੀ ਇੱਕ ਮੈਨੂੰ ਖਾਸ ਗੱਲ ਬੜੀ ਇਹ ਲੱਗੀ ਕਿ ਇੱਥੇ ਇੱਕ ਮਹਿਲ ਹੈਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸਪੁੱਤਰ ਸੀਗੇ ਮਹਾਰਾਜਾ ਸ਼ੇਰ ਸਿੰਘ ਉਹਨਾਂ ਦਾ ਤੇ ਕਾਲਜ ਦੇਖ ਕੇ ਯਾਰ ਮੈਨੂੰ ਵੀ ਐ ਯਾਦਾਂ ਜੀਆਂ ਆਉਣ ਲੱਗੀਆਂ ਤੇ ਮੈਂ ਗਗਨ ਨੂੰ ਕਿਹਾ ਕਿ ਮੈਂ ਮੇਰਾ ਵੀ ਦਿਲ ਕਰਦਾ ਮੈਂ ਵੀ ਟੀਚ ਕਰਨ ਲੱਗ ਜਾ ਮਹੀਨਾ ਦੋ ਮਹੀਨੇ ਪੜਾਉਣਾ ਚਾਹੀਦਾ ਆਪਣੇ ਪ੍ਰੋਫੈਸ਼ਨ ਚ ਵੀ ਰਹਿਣਾ ਚਾਹੀਦਾ ਤੇ ਹਾਲਾਂਕਿ ਐਲੀਜੀਬਲ ਵੀ ਹਾਂ ਮੈਂ ਪ੍ਰੋਫੈਸਰ ਲਈ ਮਤਲਬ ਨੈਟ ਕਲੀਅਰ ਹੈ ਸਾਰਾ ਕੁਝ ਹੈ ਹੈਨਾ ਤੇ ਟੀਚ ਕਰ ਸਕਦਾ ਹਾਂ ਆਉਣ ਵਾਲੇ ਸਮੇਂ ਚ ਵੀ ਚਾਹ ਪੂਰਾ ਕਰਕੇ ਦੇਖਾਂਗੇ ਮਹੀਨਾ ਦੋ ਮਹੀਨੇ ਟੀਚ ਕਰਾਂਗੇ ਤੇ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਮਹਿਲ ਦਿਖਾਉਣਾ ਇਹ ਕਾਲਜ ਦੇ ਅੰਦਰ ਹੀ ਬਣਿਆ ਹੋਇਆ ਦੇਖੋ ਕਿੰਨੀਆਂ-ਕਿੰਨੀਆਂ ਪ੍ਰਾਣੀਆਂ ਇਮਾਰਤਾਂ ਜੇ ਇੱਥੇ ਖੜੀਆਂ ਐ ਪੰਜਾਬ ਨੂੰ ਜਾਂ ਪੰਜਾਬ ਸਰਕਾਰ ਨੂੰ ਪੰਜਾਬ ਟੂਰਿਜ਼ਮ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਮੈਂ ਸੁਣਿਆ ਇੱਥੇ ਪ੍ਰਿੰਸੀਪਲ ਦਾ ਆਫਿਸ ਬਣਿਆ ਹੋਇਆ ਹੈ ਅੱਜਕੱਲ ਇਹਦੇ ਅੰਦਰ ਉਹ ਉੱਪਰ ਪੜੋ ਦੇਖੋ ਇੱਥੇ ਲਿਖਿਆ ਹੋਇਆ ਹੈ ਨਾ ਰੈਜ਼ੀਡੈਂਟ ਆਫ ਮਹਾਰਾਜਾ ਸ਼ੇਰ ਸਿੰਘ ਇਹ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਸੀਗੇ ਤੇ ਪੰਜਾਬ ਦੀ ਵਾਗਡੋਰ ਇਹਨਾਂ ਦੇ ਹੱਥ ਵੀ ਰਹੀ ਹੈ ਕਿਸੇ ਸਮੇਂ ਤੇ ਇਹੀ ਹੈ ਨਾ ਗਗਨ ਕਿੰਨਾ ਟਾਈਮ ਰਹਾਏ ਮੇਰੇ ਖਿਆਲ ਚ ਬਾਅਦ ਚੋਂ ਤਾਂ 1800 1839 ਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ ਹਨਾ ਉਦੋਂ ਬਾਅਦ 46 ਤੱਕ ਬਹੁਤ ਬਦਲਦੇ ਰਹੇ ਕੋਈ 5 ਮਹੀਨੇ ਕੋਈ 3 ਮਹੀਨੇ ਕੋਈ 4 ਮਹੀਨੇ ਇਸ ਤਰ੍ਹਾਂ ਦਾ ਰਾਜ ਭਗ ਰਿਹਾ ਹੈਗਾ ਕੋਈ 1 ਸਾਲ ਹਨ ਤੇ ਇਹ ਉਦੋਂ ਦਾ ਮਹਿਲ ਹੈਗਾ 1800 ਮਤਲਬ 19ਵੀਂ ਸਦੀ ਦੇ ਤੁਸੀਂ 19ਵੀਂ ਸਦੀ ਕਹਿ ਸਕਦੇ ਹੋ ਮਿਡ ਜੇ ਤਾਂ ਹੁਣ ਤੇ ਉਹੀ ਪ੍ਰਾਣੀਆਂ ਇੱਟਾਂ ਪ੍ਰਾਣੀਆਂ ਕੰਧਾਂ ਮੌਜੂਦ ਹੈ ਹੁਣ ਤੁਹਾਨੂੰ ਗੁਰਦੁਆਰਾ ਕੰਧ ਸਾਹਿਬ ਹੈ ਜਿਹੜਾ ਮੈਂ ਉਹ ਦਿਖਾ ਕੇ ਲੈਣਾ ਉਹ ਦੇਖਣ ਚੱਲੇ ਇੱਥੋਂ ਕਿੰਨਾ ਟਾਈਮ ਲੱਗਣਾ ਹੈ ਕਗਨ 10 ਮਿੰਟ 10 ਮਿੰਟ ਅੱਛਾ ਸ਼ਹਿਰ ਦੇ ਅੰਦਰ ਹੈ ਬਟਾਲੇ ਸ਼ਹਿਰ ਦੇ ਅੰਦਰ ਚੱਲਿਆ ਹੁਣ ਆਪਾਂ ਤੇ ਸਾਹਿਬ ਨੂੰ ਆਗਿਆ ਨਹੀਂ ਮਿਲੀ ਯੂਥ ਫੈਸਟੀਵਲ ਦੀਆਂ ਤਿਆਰੀਆਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਤੇ ਇੱਥੇ ਆ ਕੇ ਕਾਲਜ ਆ ਕੇ ਥੋੜਾ ਰੂਲ ਐਂਡ ਰੈਗੂਲੇਸ਼ਨ 'ਚ ਰਹਿਣਾ ਪੈਂਦਾ ਇਸੇ ਕਰਕੇ ਮੈਂ ਟੀਚ ਨਹੀਂ ਕਰਦਾ ਖੁਦ ਕਿਉਂਕਿ ਆਪਾਂ ਆਜ਼ਾਦ ਪਰਿੰਦੇ ਆਜ਼ਾਦ ਪੰਛੀ ਆ ਤੇ ਹੁਣ ਅਸੀਂ ਚੱਲਿਆਂ ਗੁਰਦੁਆਰਾ ਸਾਹਿਬ ਤੇ ਆਪਾਂ ਆ ਕੇ ਮਿਲਦੇ ਆ ਤੇ ਬਾਈਕ ਤੇ ਜਾਣਾ ਪੈਣਾ ਕਹਿੰਦੇ ਆ ਕਿਉਂਕਿ ਬਾਜ਼ਾਰ ਦੇ ਬਿਲਕੁਲ ਵਿੱਚ ਹੈਗਾ ਗੁਰਦੁਆਰਾ ਜਿਹੜਾ ਕੰਨ ਸਾਹਿਬ ਹੈਗਾ ਤੇ ਛੇਰੇ ਬਾਈ ਨਾਲ ਮੋਟਰਸਾਈਕਲ ਤੇ ਜਾਣਾ ਤੇ ਕਾਰ ਆਪਾਂ ਇੱਥੇ ਖੜੀ ਕਰਤੀ ਤੇ ਤੁਹਾਨੂੰ ਦਿਖਾਉਣਾ ਮੈਂ ਗੁਰਦੁਆਰਾ ਸਾਹਿਬ ਇਹ ਆ ਕਿ ਗੁਰਦੁਆਰਾ ਸਾਹਿਬ ਦੀ ਮੇਨ ਐਂਟ੍ਰੈਂਸ ਤੇ ਅੱਜ ਗੁਰਪੁਰਬ ਦਾ ਦਿਨ ਹੈ ਜਿਹਦੇ ਕਰਕੇ ਕਾਫੀ ਸਜਾਵਟ ਹੋਈ ਹੋਈ ਹੈਗੀ ਵੈਸੇ ਇਸੇ ਗੁਰਪੁਰਬ ਤੇ ਅਸੀਂ ਪਾਕਿਸਤਾਨ ਜਾਣਾ ਸੀਗਾ ਤੇ ਨਸੀਬ ਨਹੀਂ ਹੋਇਆ ਤੇ ਤਾਂ ਕਰਕੇ ਮੈਂ ਅੱਜ ਸੋਚਿਆ ਬਾਕੀ ਸਪੈਸ਼ਲੀ ਵੀ ਅੱਜ ਦੇ ਦਿਨ ਗੁਰਦੁਆਰਾ ਸਾਹਿਬ ਜਿੱਥੇ ਇਹ ਵੀ ਗੁਰੂ ਨਾਨਕ ਦੇਵ ਜੀ ਨਾਲ ਮਤਲਬ ਰਿਲੇਟਡ ਕਰਦੀ ਹੈ ਜਗਾ ਇਸ ਕਰਕੇ ਸੋਚਿਆ ਤੁਹਾਨੂੰ ਇਹ ਦਿਖਾਇਆ ਜਾਵੇ ਗੁਰਦੁਆਰਾ ਸਾਹਿਬ ਲੋ ਵੀ ਸੰਗਤੋ ਕਰੋ ਦਰਸ਼ਨ ਤੇ ਇਹ ਹੈ ਗੁਰਦੁਆਰਾ ਕੰਧ ਸਾਹਿਬ ਤੇ ਗੁਰੂ ਪਾਤਸ਼ਾਹ ਦੇ ਵਿਆਹ ਨਾਲ ਸੰਬੰਧਿਤ ਯਾਦ ਇੱਥੇ ਜੁੜੀ ਹੋਈ ਹੈ ਤੇ ਗੁਰੂ ਪਾਤਸ਼ਾਹ 1400 ਸਨ 1487 ਈਸਵੀ ਦੇ ਵਿੱਚ ਤੇ ਇੱਥੇ ਆਏ ਸੀਗੇ ਬੀਬੀ ਸਲੱਖਣੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਸੀਗਾ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਸ਼ਾਇਦ ਉਹਨਾਂ ਦੇ ਆਨੰਦ ਕਾਰਜ ਹੋਏ ਹੋਣਗੇ ਤੇ ਜਿਹੜੀ ਆ ਕੰਧ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਕੰਧ ਪ੍ਰਾਤਨ ਰੂਪ ਚ ਉਵੇਂ ਮੌਜੂਦ ਹੈਗੀ ਇਤਿਹਾਸ ਸੰਸਾਰ ਗੁਰੂ ਸਾਹਿਬ ਉਦੋਂ ਇਸ ਕੰਧ ਦੀ ਓਟ 'ਚ ਬੈਠੇ ਸੀਗੇ ਤੇ ਕਿਸੇ ਮਾਈ ਨੇ ਕਿਹਾ ਸੀਗਾ ਵੀ ਇਹ ਕੰਧ ਤੁਹਾਡੇ ਉੱਤੇ ਡਿੱਗ ਪੈਣੀ ਹੈ ਤੇ ਉਦੋਂ ਫਿਰ ਗੁਰੂ ਪਾਤਸ਼ਾਹ ਨੇ ਕਿਹਾ ਸੀਗਾ ਕਿ ਕੰਧ ਜੁਗਨ ਜੁਗਨ ਖੜੀ ਰੁਗੀ ਇਹ ਅੱਜ ਵੀ ਮੌਜੂਦ ਹੈ ਉਹ ਕੰਧ ਜਿਹੜੀ ਆ ਤੁਸੀਂ ਇਹ ਸਾਹਮਣੇ ਦੇਖ ਰਹੇ ਹੋ ਕੱਚੀ ਕੰਧ ਹੈਗੀ ਸਾਰੀ ਤੇ ਆ ਪਰ ਕੁਛ ਲਾਇਆ ਵੀ ਹੋਇਆਗਾ ਉੱਪਰ ਵੈਸੇ ਆਲੇ ਦੁਆਲੇ ਸ਼ੀਸ਼ੇ ਨਾਲੇ ਕਵਰ ਕੀਤੀ ਹੈ ਤਾਂ ਜੋ ਲੋਕ ਇਹਨੂੰ ਕੰਧ ਨੂੰ ਛੇੜ ਨਾ ਸਕਣ ਤਾਂ ਹੁਣ ਵੀ ਸੁਰੱਖਿਤ ਰੱਖੀ ਜਾ ਸਕੇ ਇਹ ਹੁਣ ਆਪਾਂ ਗੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਤੇ ਪੂਰੀ ਦੁਨੀਆ ਦੇ ਵਿੱਚ ਪੂਰੇ ਮਤਲਬ ਭਾਵੇਂ ਕੈਨੇਡਾ ਅਮਰੀਕਾ ਜਾਂ ਪਾਕਿਸਤਾਨ ਨਨਕਾਣਾ ਸਾਹਿਬ ਸੇ ਸਾਰੇ ਕਿਤੇ ਗੁਰੂ ਨਾਨਕ ਪਾਸ਼ਾ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੁੰਦਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈਗਾ ਤੇ ਮੈਂ ਇੱਥੇ ਜ਼ਿੰਦਗੀ ਚ ਪਹਿਲੀ ਵਾਰੀ ਆਏ ਆ ਗੁਰਦੁਆਰਾ ਸਾਹਿਬ ਚ ਤੇ ਇਸ ਗੁਰਦੁਆਰਾ ਸਾਹਿਬ ਚ ਗੁਰੂ ਪਾਸ਼ਾ ਮਤਲਬ ਆਪਣੇ ਆਨੰਦਕਾਰ ਚ ਹੋਏ ਆ ਉਹਨਾਂ ਦੇ ਇਸ ਜਗ੍ਹਾ ਤੇ ਤੇ ਇੱਥੇ ਵਿਆਹ ਹ ਆਏ ਸੀਗੇ ਮਾਤਾ ਸਲਖਣੀ ਜੀ ਨੂੰ ਤੇ ਇਹ ਇਹ ਸਤੋ ਪਹਿਲਾਂ ਹੋ ਰਿਹਾ ਕਰਦੇ ਕਿ ਸultanpur Lodhi ਪਹਿਲਾਂ nankana sahib rai poy ki talwandi ਉੱਥੇ ਉਹਨਾਂ ਦਾ ਜਨਮ ਸਥਾਨ ਹੈ ਉਹ ਵਲੌਗ ਤੁਹਾਨੂੰ ਖੁਸ਼ੀਦਵਾਰਾ ਦੇਖਣ ਨੂੰ ਮਿਲਣਗੇ ਉਧਰਲੇ ਪਾਸਿਓਂ ਖੁਸ਼ੀ ਨੇ ਵਲੌਗ ਕਰ ਲੈਣੇ ਸਾਰੇ ਤੇ ਫਿਰ ਗੁਰੂ ਪਾਸ਼ਾ ਉਸ ਤੋਂ ਬਾਅਦ ਵਪਾਰ ਕਰਨ ਲਈ ਮਹਿਤਾ ਕਾਲੂ ਜੀ ਨੇ ਭੇਜਿਆ ਸੀਗਾ ਤੇ ਉਹਨਾਂ ਨੇ ਸultanpur Lodhi ਆ ਗਏ ਸੀਗੇ ਸultanpur Lodhi ਤੋਂ ਬਾਅਦ ਫਿਰ ਇੱਥੇ ਬਟਾਲੇ ਆਏ ਬਟਾਲੇ ਉੱਥੇ ਮਤਲਬ ਇੱਥੇ ਦਾ ਵਿਆਹ ਲਈ ਸਿਰਫ ਆਏ ਸੀਗੇ ਤੇ ਉਹਨਾਂ ਇਸ ਕਰਕੇ ਇਤਿਹਾਸ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਸ ਤੋਂ ਬਾਅਦ ਗੁਰੂ ਸਾਹਿਬ ਉਦਾਸੀਆਂ ਕਰਦੇ ਹੋ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਆਪਣੇ ਅਖੀਰਲੇ ਸਮੇਂ ਖੇਤੀ ਕੀਤੀ ਤੇ ਲੰਗਰ ਚਲਾਇਆ ਹਨ ਤੇ ਉਹ ਜਿੱਥੇ ਆਪਾਂ ਕਰਤਾਰਪੁਰ ਕਾਰਿਡੋਰ ਦੇ ਨਾਮ ਨਾਲ ਜਾਣਦੇ ਉਹ ਜਗ੍ਹਾ ਗੁਰੂ ਸਾਹਿਬ ਦਾ ਜਿਹੜਾ ਵਿਆਹ ਸੀਗਾ ਉਹ 16 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਸੀਗਾ ਤੇ 16 ਸਾਲ ਦੀ ਉਮਰ ਦੇ ਵਿੱਚ ਇੱਥੇ ਆਏ ਸੀ ਹਰ ਸਾਲ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਬੜੀ ਧੂਮ-ਧਾਮ ਨਾਲ ਇਹ ਪੁਰਬ ਮਨਾਇਆ ਜਾਂਦਾ ਹੈ ਇੱਥੇ ਵੀ ਪੂਰੀ ਓਟਸ਼ਾ ਦੇ ਨਾਲ ਸੰਗਤ ਨੇ ਸਾਰਾ ਡੈਕੋਰੇਸ਼ਨ ਹੋਈ ਹੋਈ ਹੈ ਲੰਗਰ ਚੱਲ ਰਿਹਾ ਹੈ ਤੇ ਅੱਜ ਸਪੈਸ਼ਲੀ ਗੁਰਪੁਰਬ ਦੇ ਦਿਨ ਕਰਕੇ ਮੈਨੂੰ ਅਸੀਂ ਗੁਰੂ ਪਾਤਸ਼ਾਹ ਨਾਲ ਸੰਬੰਧਿਤ ਕੋਈ ਨਾ ਕੋਈ ਯਾਦਗਾਰ ਦਿਖਾਈ ਜਾਵੇ ਤੇ ਇਹ ਗੁਰਦੁਆਰਾ ਕੰਨ ਸਾਹਿਬ ਸੀਗਾ ਜਿੱਥੇ ਉਹ ਕੰਨ ਦਾ ਅੱਜ ਮੌਜੂਦ ਹੈ ਜਿੱਥੇ ਗੁਰੂ ਪਾਤਸ਼ਾਹ ਆ ਕੇ ਬੈਠੇ ਸੀਗੇ ਸਾਹਮਣੇ ਇਥੇ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਲੱਗਿਆ ਹੋਇਆ ਹੈ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਬਟਾਲਾ ਤੇ ਇਹ ਇਤਿਹਾਸ ਪੂਰਾ ਤੁਸੀਂ ਇਹਨੂੰ ਪੜ ਲਿਓ ਤੇ ਉੱਪਰਲੇ ਪਾਸੇ ਗੁਰੂ ਬਾਸ਼ਾ ਨਾਲ ਸੰਬੰਧਿਤ ਇੱਕ ਪੇਂਟਿੰਗ ਵੀ ਦਰਸਾਈ ਹੋਈ ਹੈ ਕਿਉਂਵੇਂ ਪੇਂਟਿੰਗ ਕਰਕੇ ਲਾਈ ਹੋਈ ਹੈਗੀ ਤੇ ਗੁਰੂ ਗੁਰੂ ਬਾਸ਼ਾ 1487 ਈਸਵੀ ਨੂੰ ਇੱਥੇ ਆਏ ਸੀਗੇ ਤੇ ਬਰਾਰ ਲੈ ਕੇ ਤੇ ਇਹ ਇਤਿਹਾਸ ਸੀਗਾ ਇਸ ਗੁਰਦੁਆਰਾ ਸਾਹਿਬ ਦਾ ਤੇ ਬਾਕੀ ਲੰਗਰ ਪਾਣੀ ਪੂਰਾ ਇੱਥੇ ਪ੍ਰਬੰਧ ਨੇ ਅੱਜ ਚੱਲ ਰਿਹਾ ਹੈਗਾ ਤੇ ਤੁਸੀਂ ਜਦੋਂ ਇੱਧਰ ਨੂੰ ਆਓ ਗਰਦਾਸਪੁਰ ਜਾਂ ਡੇਰੇ ਬਾਬੇ ਨਾਨਕ ਆਪ ਅਕਸ਼ਰੀ ਕਰਤਾਰਪੁਰ ਕੋਰੀਡੋਰ 'ਚ ਜਾਂਦੇ ਰਹੇ ਨੇ ਤੇ ਉਧਰ ਦਰਸ਼ਨਾਂ ਲਈ ਜਦੋਂ ਜਾਂਦੇ ਨਾ ਕਰਤਾਰਪੁਰ ਸਾਹਿਬ ਤੇ ਉਦੋਂ ਇੱਥੇ ਬਟਾਲੇ ਜ਼ਰੂਰ ਹੋ ਕੇ ਜਾਓ ਐਵੇਂ ਬਾਜ਼ਾਰ ਦੇ ਬਿਲਕੁਲ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਕਾਫੀ ਸਾਰੀ ਸੰਗਤ ਨੂੰ ਪਤਾ ਨਹੀਂ ਹੈਗਾ ਮੈਨੂੰ ਲੱਗਦਾ ਮਾਲਵੇਜ ਤਾਂ ਖਾਸ ਕਰਕੇ ਇਸ ਗੁਰਦੁਆਰਾ ਸਾਹਿਬ ਬਾਰੇ ਜਿਆਦਾ ਇਹਨਾਂ ਧਿਆਨ ਚ ਨਹੀਂ ਹੈਗਾ ਤਾਂ ਕਰਕੇ ਸੰਗਤ ਉਧਰਲੇ ਪਾਸੇ ਘਟ ਜਾਂਦੀ ਹੈ ਇੱਧਰਲੇ ਪਾਸੇ ਤਾਂ ਹਾਲਾਂਕਿ ਮਾਝਾ ਤੇ ਮਾਲ ਮਾਝਾ ਤੇ ਦੋਆਬਾ ਇੱਧਰ ਤਾਂ ਇਹ ਮੈਂ ਪੁੱਛਿਆ ਸੀ ਕਹਿੰਦੇ ਸੰਗਤ ਆਉਂਦੀ ਰਹਿੰਦੀ ਹੈ ਤੇ ਮਾਲਵੇ ਵਾਲਿਆਂ ਲਈ ਮੈਨੂੰ ਲੱਗਦਾ ਕਿ ਨਵੀਂ ਸਾਡੇ ਲਈ ਜਗ੍ਹਾ ਹੋਊਗੀ ਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਤੁਸੀਂ ਜ਼ਰੂਰ ਇਤਿਹਾਸ ਸੰਸਾਰ ਦੱਸਿਆ ਜਾਂਦਾ ਕਿ ਗੁਰੂ ਪਾਤਸ਼ਾਹ ਉਦੋਂ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਤੇ ਬਾਬਾ ਬਕਾਲਾ ਹੁੰਦੇ ਹੋਏ ਵਟਾਲੇ ਪਹੁੰਚੇ ਸੀਗੇ ਉਦੋਂ ਵਟਾਲਾ ਕਿਹਾ ਜਾਂਦਾ ਸੀਗਾ ਤੇ ਹੁਣ ਇਹਨੂੰ ਬਟਾਲਾ ਕਿਹਾ ਜਾਂਦਾ ਹੈਗਾ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਬਿਲਕੁਲ ਬਾਜ਼ਾਰ ਦੇ ਵਿਚਾਲੇ ਬਣਿਆ ਹੋਇਆ ਤੁਸੀਂ ਇਹ ਦੇਖੋ ਇਧਰਲੇ ਪਾਸੇ ਇਹ ਸਾਹਮਣੇ ਵਾਲੇ ਪਾਸੇ ਵੀ ਸਾਰਾ ਬਾਜ਼ਾਰ ਹੈਗਾ ਤੇ ਕਾਰ ਵਗੈਰਾ ਦਾ ਇੱਥੇ ਆਉਣ ਦਾ ਅਰੇਂਜਮੈਂਟ ਹੈ ਨਹੀਂ ਸਿਰਫ ਵਹੀਕਲ ਤੇ ਟੂ-ਵੀਲਰ ਤੇ ਮਤਲਬ ਤੁਸੀਂ ਆ ਸਕਦੇ ਹੋ ਇਸ ਤਰ੍ਹਾਂ ਵੀਹਕਲ ਵੀ ਟੂ ਵੀਲਰ ਵੀ ਮਸਾਂ ਇਹਦੇ ਵਿੱਚ ਚੱਲਦੇ ਤੇ ਸਾਹਮਣੇ ਵਾਲੇ ਪਾਸੇ ਇਥੇ ਗੁਰਦੁਆਰਾ ਸਾਹਿਬ ਚ ਇਧਰ ਜੋੜਾ ਕਰ ਤੇ ਇਧਰਲੇ ਪਾਸੇ 메ਨ ਦਰਬਾਰ ਸਾਹਿਬ ਸੀਗਾ ਜਿਹੜਾ ਗੁਰਦੁਆਰਾ ਸਾਹਿਬ ਇਧਰ ਸੀਗਾ ਵੈਸੇ ਨਾ ਯਾਰ ਬਟਾਲਾ ਸ਼ਹਿਰ ਬੜਾ ਪੁਰਾਣਾ ਹੈਗਾ ਤੇ ਜਿਵੇਂ ਆ ਦੇਖੋ ਆ ਬਾਜ਼ਾਰ ਚ ਤੁਰੇ ਫਿਰਦੇ ਆ ਬਾਜ਼ਾਰ ਚ ਇੰਨੀਆਂ ਪੁਰਾਣੀਆਂ ਪੁਰਾਣੀਆਂ ਦੁਕਾਨਾਂ ਇੱਥੇ ਦੇਖਣ ਨੂੰ ਮਿਲਦੀਆਂ ਤੇ ਬਹੁਤ ਪੁਰਾਣਾ ਸ਼ਹਿਰ ਮੰਨਿਆ ਜਾਂਦਾ ਮੈਂ ਪਹਿਲੀ ਵਾਰੀ ਇਹ ਸ਼ਹਿਰ ਚ ਆ ਕੇ ਰੁਕਿਆ ਜਾਂ ਪਹਿਲੀ ਵਾਰੀ ਵਲੌਗ ਕਰ ਰਿਹਾ ਹਾਂ ਅੱਛਾ ਤੇ ਇਹ ਸ਼ਹਿਰ ਚ ਤੁਰਦੇ ਫਿਰਦੇ ਨਾ ਤੁਹਾਨੂੰ ਆਮ ਹੀ ਪੁਰਾਣੀਆਂ ਦੁਕਾਨਾਂ ਜਾਂ ਪੁਰਾਣਾ ਕੁਝ ਦੇਖਣ ਨੂੰ ਮਿਲ ਜੂਗਾ ਜਿਵੇਂ ਆਹ ਦੇਖੋ ਇੱਕ ਆ ਦੁਕਾਨ ਹੈਗੀ ਐ ਤੇ ਜਾ ਘਰ ਹੋਣਾ ਕਿਸੇ ਦਾ ਪੁਰਾਣੇ ਟਾਈਮ ਚ ਇਹ ਦੇਖੋ ਕਿੰਨਾ ਪੁਰਾਣਾ ਹੈਗਾ ਤੇ ਬਹੁਤ ਸਾਰੀਆਂ ਯਾਦਾਂ ਇਹ ਸ਼ਹਿਰ ਨੇ ਸੰਭਾਲੀਆਂ ਹੋਈਆਂ ਨੇ ਤੇ ਗੁਰਨਾਨਕ ਪਾਤਸ਼ਾਹੀ ਲਾਲੋ ਜਾਂ ਭਾਵੇਂ ਜਿਵੇਂ ਸ਼ੁਰੂ ਸ਼ੁਰੂ ਚ ਤੁਹਾਨੂੰ ਕਾਲਜ ਦਿਖਾਇਆ ਸੀ ਉਹ ਲਾਲੋ ਉਹ ਕਿੰਨਾ ਪੁਰਾਣਾ ਸੀਗਾ ਇੱਕ ਆ ਆਹ ਹੋਰ ਸ਼ਾਪ ਆ ਗਈ ਅੱਗੇ ਵੀ ਇੰਨੀ ਪੁਰਾਣੀ ਐ ਜਿਹੜਾ ਗੁਰਦੁਆਰਾ ਸਾਹਿਬ ਸੀਗਾ ਉਹ ਮੇਨ ਆਹ ਗੇਟ ਦੇ ਅੰਦਰ ਬਣਿਆ ਹੋਇਆ ਹੈ ਗੇਟ ਦਾ ਮੈਨੂੰ ਐਗਜ਼ੈਕਟਲੀ ਹੁਣ ਨਾਮ ਨਹੀਂ ਪਤਾ ਕੀ ਇਹਦਾ ਨਾਮ ਆ ਗੇਟ ਦਾ ਤੇ ਇੱਥੇ ਬੋਰਡ ਵੀ ਲੱਗਿਆ ਹੋਇਆ ਸੀਗਾ ਗੁਰਦੁਆਰਾ ਸ਼੍ਰੀ ਕਨ ਸਾਹਿਬ ਇੱਥੋਂ ਇਹ ਹੈਗਾ ਕੋਈ ਅੱਧਾ ਕਿਲੋਮੀਟਰ ਦੇ ਅੰਦਰ ਜਾ ਕੇ ਸੀਗਾ ਇਹ ਗੁਰਦੁਆਰਾ ਬਾਕੀ ਅੱਜ ਦੇ ਵਲੌਗ ਲਈ ਖਾਸ ਧੰਨਵਾਦ ਹੈ ਬਾਈ ਸ਼ੇਰੇ ਦਾ ਥੈਂਕ ਯੂ ਭਰਾ ਦਰਸ਼ਨ ਕਰਾਏ ਮੈਨੂੰ ਤੇ ਸਾਰੀ ਸੰਗਤ ਨੂੰ ਸਾਰੇ ਸਾਰਿਆਂ ਵੱਲੋਂ ਤੁਹਾਡਾ ਤੇਰਾ ਵਿਸ਼ੇਸ਼ ਧੰਨਵਾਦ ਫਰਦੌਸੀ ਦਾ ਆਪਾਂ ਕਾਲਜ ਆ ਕੇ ਕਰਦੇ ਆਂ ਤੇ ਹੁਣ ਅਸੀਂ ਚੱਲਿਆ ਵਾਪਸ ਕਾਲਜ ਵੱਲੋਂ ਹੁਣ ਤੁਹਾਨੂੰ ਆਪਾਂ ਅੰਦਰ ਲੈ ਕੇ ਚੱਲੇ ਆਂ ਮਹਿਲ ਦੇ ਜਿਹੜਾ ਤੁਹਾਨੂੰ ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਦਿਖਾਇਆ ਸੀ ਨਾ ਕਾਲਜ ਦੇ ਅੰਦਰ ਬਣਿਆ ਹੋਇਆ ਉਹ ਸਾਹਮਣੇ ਵਾਲੇ ਪਾਸੇ ਕਾਲਜ ਰਹਿ ਗਿਆ ਤੇ ਵੱਡਾ ਮਹਿਲ ਅਸਲ 'ਚ ਮੇਨ ਜਿਹੜੀ ਉਹਦੀ ਜਗ੍ਹਾ ਹੈ ਇਹੇ ਹੈਗੀ ਤੁਸੀਂ ਇਹ ਦੇਖ ਲਓ ਪੰਜਾਬ ਗਵਰਨਮੈਂਟ ਦਾ ਹਾਲ ਦੇਖ ਲਓ ਪੰਜਾਬ ਟੂਰਿਜ਼ਮ ਦਾ ਹਾਲ ਦੇਖ ਲਓ ਮਤਲਬ ਕਿਵੇਂ ਕਰਕੇ ਬਣਾਇਆ ਹੋਇਆ ਹੈ ਨਾ ਇਹ ਆਪਣੇ ਮਹਾਰਾਜਾਂ ਦੀਆਂ ਆਪਣੇ ਰਾਜਭਗ ਦੀਆਂ ਨਿਸ਼ਾਨੀਆਂ ਤੇ ਜਿਹੜੇ ਬੰਦੇ ਜਿਹੜੀਆਂ ਸਰਕਾਰਾਂ ਆਪਣੇ ਰਾਜਭਗ ਦੀਆਂ ਨਿਸ਼ਾਨੀਆਂ ਨਹੀਂ ਸਾਂਭ ਸਕੇ ਤੇ ਉਹ ਕੀ ਰਾਜ ਇੱਥੇ ਮਤਲਬ ਸਾਂਭਣਗੇ ਪੰਜਾਬ ਨੂੰ ਕੀ ਸੰਭਾਲਣਗੇ ਉਹ ਤੇ ਤੁਸੀਂ ਦੇਖ ਲਓ ਕਿਵੇਂ ਘਾਹ ਫੂ ਸੁਗਿਆ ਹੋਇਆ ਗਿਆ ਇੱਥੇ ਸੁੱਖਾ ਸੱਖਾ ਉੱਗਿਆ ਪਿਆ ਹੋਣਾ ਪਤਾ ਨਹੀਂ ਸਾਂਭ ਸੰਭਾਲੇ ਦੀ ਹੋਣੀ ਆ ਪਤਾ ਨਹੀਂ ਹੋਣੀ ਤੇ ਮੈਂ ਤੁਹਾਨੂੰ ਉਹ ਉੱਥੇ ਤੱਕ ਉਹ ਮੇਨ ਜਿਹੜਾ ਏਰੀਆ ਉੱਥੇ ਤੱਕ ਲੈ ਕੇ ਚੱਲਣਾ ਉਹ ਤੁਹਾਨੂੰ ਦਿਖਾ ਕੇ ਲਿਓਣਾ ਇਹ ਦੇਖ ਲਓ ਯਾਰ ਤੇ ਕਿਵੇਂ ਦੀ ਇੱਕ ਪੱਕ ਡੰਡੀ ਜਾਂਦੀ ਹੈ ਜਿਹੜਾ ਮੇਨ ਮੈਲ ਉਹਨੂੰ ਤੇ ਭਾਈ ਸ਼ੇਰਾ ਦੱਸਦਾ ਕਹਿੰਦੇ ਹੁਣ ਸਾਫ਼ ਕੀਤਾ ਹਾ ਸਾਰਾ ਤੇ ਇਹਦੇ ਐਡਾ ਡਾ ਸੁੱਖਾ ਹੋਇਆ ਪਿਆ ਸੀਗਾ ਆਲੇ ਦੁਆਲੇ ਮਤਲਬ ਮੀਂਹਾਂ ਦੇ ਮੌਸਮ ਦੌਰਾਨ ਤੇ ਕੋਈ ਆਉਂਦਾ ਵੀ ਨਹੀਂ ਸੀਗਾ ਤੇ ਦੂਸਰੇ ਪਾਸੇ ਪਾਕਿਸਤਾਨ ਤੋਂ ਤੁਹਾਨੂੰ ਕੋ ਖੁਸ਼ੀ ਨੇ ਕੁਝ ਚੀਜ਼ਾਂ ਦਿਖਾਉਣੀਆਂ ਨਾਲੇ ਉਹ ਦੇਖਿਓ ਤੁਸੀਂ ਉਧਰਲੇ ਪਾਸੇ ਨਾ ਸ਼ੇਰੇ ਪੰਜਾਬ ਦਾ ਮਤਲਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਹ ਸੀਗਾ ਕਿਲਾ ਸ਼ਾਹੀ ਕਿਲਾ ਜਿਹੜਾ ਲਾਹੌਰ ਦਾ ਉਹ ਤੁਹਾਨੂੰ ਦਿਖਾਉਣਾਗਾ ਖੁਸ਼ੀ ਨੇ ਆਪਣੇ ਵਲੌਗਸ ਰਾਈ ਤੇ ਉਹ ਤੁਸੀਂ ਦੇਖਿਓ ਉਹ ਕਿਵੇਂ ਸੰਭਾਲ ਕੇ ਰੱਖਿਆ ਹੋਇਆ ਤੇ ਉੱਥੇ ਤਾਂ ਆਪਣਾ ਰਾਜ ਵੀ ਨਹੀਂ ਹੈਗਾ ਆਪਾਂ ਮਤਲਬ ਸਿੱਖ ਆਲਵੇਜ ਉੱਥੇ ਮਿਨੋਰਟੀ ਚ ਰਹੇ ਆ ਤੇ ਬਾਕੀ ਆਪਣੀਆਂ ਸਰਕਾਰਾਂ ਦੇ ਹਾਲ ਦੇਖ ਲਓ ਮਤਲਬ ਆਪਣੀਆਂ ਨਿਸ਼ਾਨੀਆਂ ਕਿਵੇਂ ਸੰਭਾਲ ਕੇ ਰੱਖੀਆਂ ਤੇ ਇਹ ਆ ਗਈ ਮੇਨ ਚੀਜ਼ ਜੇ ਇਹਦੇ ਅੰਦਰ ਦੀ ਉੱਪਰ ਚੜਨ ਨੂੰ ਹੋਇਆ ਤਾਂ ਤੁਹਾਨੂੰ ਉੱਪਰੋਂ ਦਿਖਾਉਣਾ ਤੇ ਇਧਰਲੇ ਪਾਸੇ ਜਿਵੇਂ ਤੁਹਾਨੂੰ ਦੱਸਿਆ ਨਾ ਕੋਲੇਜ ਅਗੇ ਇਹਦੇ ਵਿੱਚ ਕਿੰਨੇ ਪਾਣੀ ਹੁੰਦਾ ਸੀਗਾ ਪੁਰਾਣੇ ਟਾਈਮ 'ਚ ਸਾਰਾ ਤੇ ਜਿਵੇਂ ਅਕਸਰ ਹੀ ਰਾਜੇ ਪੁਰਾਣੇ ਟਾਈਮ 'ਚ ਪਾਣੀ ਛਾੜ ਕੇ ਵਿਚਾਲਿਆ ਮਹਿਲ ਹੋਇਆ ਕਰਦਾ ਸੀਗਾ ਉਦੋਂ ਕਿਹੜਾ AC ਵਗੈਰਾ ਹੁੰਦੇ ਸੀਗੇ ਤੇ ਇਸ ਤਰ੍ਹਾਂ ਦਾ ਇਹ ਬਣਿਆ ਹੋਇਆਗਾ ਇਹ ਬਾਈ ਇੱਥੇ ਕੰਮਕਾਰ ਕਰਦੇ ਆ ਤੇ ਸਫਾਈ ਕਰਨ ਲੱਗੇ ਹੋਏ ਆ ਤੇ ਇਹ ਬਾਈ ਦੱਸ ਦਿਆ ਕਹਿੰਦੇ ਵੈਸੇ ਤੇ ਪੌੜੀ ਲਾ ਕੇ ਉੱਪਰ ਚੜਨਾ ਪੈਣਾ ਕੋਈ ਰਸਤਾ ਹੈ ਨਹੀਂ ਵੈਸੇ ਜਿਹੜਾ ਇਹ ਮੇਨ ਐਂਟਰੀ ਸੀ ਉਹ ਸਰੰਗ ਜਿਹੜਾ ਅੰਦਰ ਤੁਹਾਨੂੰ ਕਾਲਜ ਦੇ ਅੰਦਰ ਮਹਿਲ ਦਿਖਾਇਆ ਸੀ ਨਾ ਵਲੌਗ ਦੇ ਸ਼ੁਰੂ ਚ ਤੇ ਉਥੋਂ ਇਹਦੇ ਥੱਲੋਂ ਥੱਲੋਂ ਦੀ ਸਰੰਗ ਹੁੰਦੀ ਸੀ ਨਾ ਦੀ ਸਰੰਗ ਇੱਥੇ ਹੁੰਦੀ ਸੀ ਤੇ ਦੀ ਸਰੰਗ ਇੱਥੇ ਹੁੰਦੀ ਸੀ ਥੱਲੇ ਆਉਣ ਨੂੰ ਰਾਹ ਸੀਗਾ ਹੁਣ ਉਹ ਸਰੰਗਾਂ ਬੰਦ ਨੇਗੀਆਂ ਅੱਛਾ ਜਿੰਨਾ ਮਹਿਲ ਉੱਪਰ ਹੈ ਉਹਨੇ ਹੀ ਥੱਲੇ ਹੈ ਹੈ ਜ਼ਮੀਨ 'ਚ ਵੀ ਉਹਨੇ ਕਮਰੇ ਬਣਾ ਥੱਲੇ ਅੱਛਾ ਹੁਣ ਹੋ ਰਹੀ ਹੈ ਦੀ ਸਾਮ-ਸਮਾਲ ਹਾਂਜੀ ਸਰਕਾਰ ਕਰ ਰਹੀ ਹੈ ਦੁਬਾਰੇ ਚਲਾਉ ਇਹਨੂੰ ਹਾਂਜੀ ਹਾਂਜੀ ਅੱਛਾ ਠੀਕ ਹੈ ਤੇ ਹੁਣ ਕਹਿੰਦੇ ਆ ਬਾਈ ਕਹਿੰਦੇ ਸਰਕਾਰ ਵੀ ਸਾਮ ਸੰਭਾਲ ਕਰਨ ਲੱਗੀ ਆ ਪਤਾ ਨਹੀਂ ਸਾਡੇ ਪਹੁੰਚਣ ਦੀ ਧੀਰ ਸੀਗੀ ਨਾਲ ਦੀ ਨਾਲ ਸਰਕਾਰ ਨੇ ਸ਼ੁਰੂ ਕਰਤਾ ਹਾਂਜੀ ਸੈਂਟਰ ਸਰਕਾਰ ਵੱਲੋਂ ਐ ਅੱਛਾ ਸੈਂਟਰ ਸਰਕਾਰ ਵੱਲੋਂ ਐ ਪੰਜਾਬ ਗਵਰਨਮੈਂਟ ਵੱਲੋਂ ਨਹੀਂ ਹੈਗੀ ਉਹਨਾਂ ਨੇ ਸੈਂਟਰ ਸਰਕਾਰ ਵੱਲੋਂ ਐ ਅੱਛਾ ਸੈਂਟਰ ਸਰਕਾਰ ਨੇ ਕੀਤਾਗਾ ਹਾਂਜੀ ਠੀਕ ਐ ਵੈਸੇ ਨਾ ਦੁਨੀਆ 'ਚ ਜਿੰਨੇ ਵੀ ਚੀਜ਼ਾਂ ਦੇਖਦੇ ਆ ਦੁਨੀਆ ਨੇ 7-700 ਸਾਲ 8-800 ਜਾਂ 1000-1000 ਸਾਲ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਉਸਬੇਕਿਸਤਾਨ ਜੇ ਤੁਹਾਨੂੰ ਜ਼ਿੰਦਗੀ 'ਚ ਕਦੇ ਬਲਖ ਬੁਖਾਰਾ ਘੁੰਮਣ ਦਾ ਟਾਈਮ ਮਿਲਿਆ ਨਾ ਤਾਂ ਤੁਸੀਂ ਉੱਥੇ ਦੇਖੋ 13ਵੀਂ 13ਵੀਂ 14ਵੀਂ 14ਵੀਂ ਸਦੀ ਦੀਆਂ ਜਦੋਂ ਆਪਣੀ ਸਿੱਖ ਹਿਸਟਰੀ ਸ਼ੁਰੂ ਵੀ ਨਹੀਂ ਹੋਈ ਸੀ ਗੁਰੂ ਨਾਨਕ ਪਾਸ਼ਾ ਤੋਂ ਪਹਿਲਾਂ ਉਦੋਂ ਉਹਨੀਆਂ-ਉਨੀਆਂ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖੇ ਹੋਈਆਂ ਤੇ ਆਹ ਸਾਰੀਆਂ 1.200 ਸਾਲ ਦੀਆਂ ਗੱਲਾਂ ਤੇ 1.200 ਸਾਲ ਦੀਆਂ ਗੱਲਾਂ ਪੁਰਾਣੀਆਂ ਦੇਖ ਲੋ ਮਤਲਬ ਕੀ ਹਾਲ ਬਣਾ ਰਖਿਆ ਨਾ ਸਰਕਾਰ ਨੇ ਤੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਜੇ ਟੂਰਿਜ਼ਮ ਮਨਿਸਟਰ ਲਾਏ ਹੋਏ ਹਨ ਇਹਨਾਂ ਨੇ ਜਾਂ ਮੈਂ ਹੁਣ ਦੀ ਗੱਲ ਨਹੀਂ ਕਰਦਾ ਭਵੇਂ ਆਮ ਆਦਮੀ ਦੀ ਸਰਕਾਰ ਹੈ ਹੁਣ ਜਾਂ ਇਦੋਂ ਪਹਿਲਾਂ ਵੀ ਜੰਨੀ ਅਕਾਲੀ ਗਵਰਨਮੈਂਟ ਸੀ ਕਾਂਗਰਸ ਗਵਰਨਮੈਂਟ ਸੀ ਕੋਈ ਵੀ ਰਹੀ ਹੈ ਪੰਜਾਬ 'ਚ ਤੇ ਆਪਾਂ ਇੰਨੀਆਂ ਚੀਜ਼ਾਂ ਆਪਣੀਆਂ ਸਾਹਮਣੇ ਰੱਖ ਸਕਦੇ ਆ ਤੇ ਇੱਥੇ ਟੂਰਿਜ਼ਮ ਨੂੰ ਪ੍ਰਮੋਟ ਕਰ ਸਕਦੇ ਆ ਆਪਣੀਆਂ ਆਪਣਾ ਸੇ ਇਤਿਹਾਸ ਦੁਨੀਆ ਨੂੰ ਦੱਸ ਸਕਦੇ ਆ ਹਨਾ ਵੀ ਸਾਡਾ ਇਹ ਇਤਿਹਾਸ ਰਿਹਾ ਸਾਡੇ ਰਾਜੇ ਮਹਾਰਾਜੇ ਰਹੇ ਅਸੀਂ ਆਪ ਹੀ ਨਾਇਕਾਂ ਅਸੀਂ ਦੁਨੀਆ ਨੂੰ ਕੀ ਦੱਸਾਂਗੇ ਆਪਾਂ ਆਏ ਆ ਇੱਥੇ ਤੇ ਸ਼ਾਇਦ ਆ ਯਾਦਗਾਰ ਜਾਂ ਸਮਾਦ ਬਣੀ ਹੋਈ ਹੋਈ ਕੋਈ ਮੈਨੂੰ ਨਹੀਂ ਪਤਾ ਕੀ ਦੀਏ ਨਹੀਂ ਸਮਾਦ ਨਹੀਂ ਹੈਗੀ ਭਾਈ ਮੈਨੂੰ ਬਾਹਰੋਂ ਦੇਖ ਕੇ ਲੱਗਿਆ ਸਮਾਦ ਉਹ ਛੰਨੀ ਦੇਵ ਦਾ ਕੋਈ ਮੰਦਰ ਅੰਦਰ ਸ਼ਿਵਲਿੰਗ ਰੱਖਿਆ ਹੋਇਆ ਤੇ ਇਹ ਤੁਹਾਨੂੰ ਥੋੜਾ ਜਿਹਾ ਅੰਦਰ ਜਾ ਕੇ ਦਿਖਾਦਾ ਦੇਖੋ ਮੰਦਰ ਬਣੇ ਹੋਏ ਐਸੇ ਦੇ ਵਿੱਚ ਹੀ ਇਹ ਸਾਰਾ ਇਹ ਬਹੁਤ ਵੱਡਾ ਕੰਪਲੈਕਸ ਹੈ ਇੱਕ ਤਰ੍ਹਾਂ ਨਾਲ ਜਿੰਨਾ ਸੀ ਪਰਾਂ ਨੂੰ ਪਹਿਲਾਂ ਜਾ ਕੇ ਆਏ ਫਿਰ ਇਧਰ ਨੂੰ ਜਾ ਕੇ ਆਇਆ ਸਾਰਾ ਵੱਡਾ ਹੈਗਾ ਤੇ ਤੁਹਾਨੂੰ ਮੈਂ ਦਿਖਾਉਣੀ ਸੀ ਇੱਥੋਂ ਜਿਹੜੀ ਸਰੰਗ ਦੀ ਗੱਲ ਕਰਦਾ ਸੀ ਨਾ ਉਹ ਥੱਲੋਂ ਥੱਲੋਂ ਇਹ ਸਰੰਗਾ ਜਾਂਦੀਆਂ ਸੀਗੀਆਂ ਸ਼ਾਇਦ ਇਹੋ ਜੀਆਂ ਸਰੰਗਾ ਹੁਣ ਤੁਹਾਨੂੰ ਸਰੰਗ ਦਿਖਾਉਣਾ ਮੈਂ ਲੈ ਵੀ ਮਿੱਤਰੋ ਆ ਗਈ ਸਰੰਗ ਤੇ ਇੱਥੋਂ ਦੀ ਰਾਹ ਜਾਂਦਾ ਹੁੰਦਾ ਸੀਗਾ ਕਹਿੰਦੇ ਤੇ ਹੁਣ ਇਹ ਬੰਦ ਹੋ ਚੁੱਕੀ ਹੈ ਤੇ ਪਤਾ ਨਹੀਂ ਹੁਣ ਦੁਬਾਰਾ ਇਹ ਓਪਨ ਕਰਨੀ ਹੈ ਜਾਂ ਨਹੀਂ ਤੇ ਇਸ ਤਰ੍ਹਾਂ ਦੀ ਕੋਈ ਸਰੰਗ ਹੁੰਦੀ ਸੀਗੀ ਪਹਿਲਾਂ ਤੇ ਹੁਣ ਇਹ ਸਾਰ ਇੱਥੋਂ ਬੰਦ ਹੈ ਮਿੱਟੀ-ਵੋਟੀ ਪਾਦੀ ਅਗੇ ਸਿੱਧੀ ਇੱਥੇ ਕਾਲਜ ਚ ਜਾਂਦੀ ਸੀ ਤੇ ਇੱਧਰ ਸਾਹਮਣੇ ਵਾਲੇ ਪਾਸੇ ਉਹ ਮਹਿਲ ਰਹਿ ਗਿਆ ਮਹਿਲ ਨੂੰ ਏਦਾਂ ਥੱਲੋਂ-ਥੱਲੋਂ ਦੀ ਜੇ ਰਸਤਾ ਜਾਂਦਾ ਸੀ ਅੱਗੇ ਇੱਕ ਜਿਹੜਾ ਬਾਜ਼ਾਰ ਹੈ ਗੁਰਦੁਆਰਾ ਸਾਹਿਬ ਹੈ ਜਿੱਥੇ ਬਾਜ਼ਾਰ ਚ ਉੱਥੇ ਨੂੰ ਇਹ ਸਰੰਗਾਂ ਜਾਂਦੀਆਂ ਹੁੰਦੀਆਂ ਸੀਗੀਆਂ ਪੂਰੇ ਸ਼ਹਿਰ ਚ ਸੀਗੀਆਂ ਮਹਾਰਾਜਾ ਸ਼ੇਰ ਸਿੰਘ ਦਾ ਜਿਹੜਾ ਮਹਿਲ ਹੈ ਉਹਦੇ ਸਾਹਮਣੇ ਇੱਕ ਹੋਰ ਜਗ੍ਹਾ ਸਾਨੂੰ ਮਿਲੀ ਹੈਗੀ ਤੇ ਬਟਾਲੇ ਸ਼ਹਿਰ ਚ ਇੰਨੀਆਂ ਪ੍ਰਾਣੀਆਂ ਤੇ ਇੰਨੀਆਂ ਮਸ਼ਹੂਰ ਥਾਵਾਂ ਯਾਰ ਦੇਖ ਲਓ ਆਪਣੇ ਤੋਂ ਗੁੰਮਨਾਮ ਇਹ ਪਈਆਂ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਹਜੀਰਾ ਪਾਰਕ ਇਹਦਾ ਨਾਮ ਇਹ ਜਿਹੜਾ ਅਕਬਰ ਸੀਗਾ ਅਕ ਸੈਨਾਪਤੀ ਸੀਗਾ ਸ਼ਮਸ਼ੇਰ ਖਾਨ ਤੇ ਉਹਦਾ ਇੱਥੇ ਮਕਬਰਾ ਬਣਾਇਆ ਗਿਆ ਸੀਗਾ ਤੇ ਉਹਨਾਂ ਦੀ ਯਾਦ ਚ ਸ਼ਾਇਦ ਉਹਨਾਂ ਨੇ ਬਣਾਇਆ ਹੋਣਾ ਤੇ ਬਾਅਦ ਚ ਇਹਦਾ ਪਾਰਕ ਦੇ ਨਾਮ ਤੇ ਡਵੈਲਪ ਹੋਇਆ ਤੇ ਆ ਤਾਈਆਂ ਉਥੇ ਕਬਰਾਂ ਵਗੈਰਾ ਇਹ ਬਣੀਆਂ ਹੋਈਆਂ ਪੁਰਾਣੇ ਟਾਈਮ ਦੀਆਂ ਦੇਖ ਲਓ 500 ਸਾਲ ਪੁਰਾਣੇ ਇਹਦੇ ਵਿੱਚ ਬੰਦੇ ਦੇ ਫੁੱਲ ਵਗੈਰਾ ਕੁਝ ਹੋ ਪਿਆ ਹੁਣ 500 ਸਾਲ ਪੁਰਾਣੇ ਬਈ ਬੰਦੇ ਅਜੇ ਇੱਥੇ ਦਫਨ ਪਏ ਹੋਣੇ ਸਹੀ ਹੈ ਨਾ ਕਿਸੇ ਨੇ ਅਜੇ ਖੋਲ ਕੇ ਵੀ ਨਹੀਂ ਦੇਖਿਆ ਸਾਰਾ ਕੁਝ ਕਦੇ ਤੇ ਇਹ ਪੁਰਾਣੀ ਜਿਵੇਂ ਨਾ ਜਿੰਨੀ ਇਹ ਕਬਰ ਹੈ ਨਾ ਇਹਨਾਂ ਨੂੰ ਸਾਰਿਆਂ ਨੂੰ ਦੇਖ ਕੇ ਮਤਲਬ ਲੱਗਦਾਗਾ ਅਕਬਰ ਦਾ ਜਿਹੜਾ ਸੰਗੀਤਕਾਰ ਸੀਗਾ ਉਸ ਵੇਲੇ ਗਾਉਂਦਾ ਸੀਗਾ ਤਾਨसेन ਤਾਨਸੇਨ ਦਾ ਮਕਬਰਾ ਬਣਿਆ ਹੋਇਆਗਾ ਇੱਕ ਗਵਾਲੀਅਰ ਦੇ ਵਿੱਚ ਜਿਹਨੇ ਗਵਾਲੀਅਰ ਵਾਲਾ ਵਲੌਗ ਦੇਖਿਆ ਉਹਨਾਂ ਨੂੰ ਪਤਾ ਹੋਣਾ ਜਾਂ ਯਾਦ ਹੋਣਾ ਉਹ ਵੀ ਇਹਦੇ ਸਿਮਿਲਰ ਹੀ ਬਣਿਆ ਹੋਇਆ ਐਸ ਤਰ੍ਹਾਂ ਦੀ ਆਰਕੀਟੈਕਚਰ ਪਹਿਲਾਂ ਪਿਛਲੇ ਵਲੌਗ ਚ ਵੀ ਤੁਹਾਨੂੰ ਦੱਸਿਆ ਹੁਣ ਮੈਂ ਕਦੇ ਮੁਗਲ ਟਾਈਮ ਦਾ ਆਰਕੀਟੈਕਚਰ ਵੈਸੇ ਆਪਣੇ ਆਪ ਚ ਬਹੁਤ ਫੇਮਸ ਰਹਿੰਦਾਗਾ ਤੇ ਆ ਦੇਖੋ ਕਿੰਨਾ ਕਿੰਨੀਆਂ ਕਿੰਨੀਆਂ ਕਲਾਕਿਰਤੀਆਂ ਕੀਤੀਆਂ ਹੋਈਆਂ ਗਈਆਂ ਜਦੋਂ ਕਦੇ ਬਟਾਲੇ ਸ਼ਹਿਰ ਆਏ ਤੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਜਾਓ ਇਹ ਮੈਂ ਇੱਕੇ ਵਲੌਗ 'ਚ ਤਾਂ ਕਰਤੀ ਜਿਵੇਂ ਵੈਸੇ ਤਾਂ ਕੱਲਾ ਮੈਂ ਗੁਰਦੁਆਰਾ ਸਾਹਿਬ ਦਾ ਕਨਸੈਪਟ ਦਾ ਵੀ ਦਿਖਾ ਸਕਦਾ ਸੀ ਪਰ ਮੈਂ ਉਸੇ ਸਾਰੀਆਂ ਹਿਸਟੋਰੀਕਲ ਚੀਜ਼ਾਂ ਇੱਕੋ ਵਲੌਗ ਦੇ ਵਿੱਚ ਬਾਦਾਂ ਜਦੋਂ ਤੁਹਾਡਾ ਕਦੇ ਬਟਾਲੇ ਚੱਕਰ ਲੱਗੇ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖ ਕੇ ਜਾ ਸਕੋ ਤੇ ਇਧਰਲੇ ਪਾਸੇ ਜਿੱਥੇ ਹੁਣ ਮੈਂ ਖੜਾ ਇਹ ਹਜ਼ੀਰਾ ਪਾਰਕ ਹੈ ਸਾਹਮਣੇ ਵਾਲੇ ਪਾਸੇ ਉਹ ਉੱਥੋਂ ਆਪਾਂ ਆਏ ਆ ਪਹਿਲਾਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸੁਪੁੱਤਰ ਸੀ ਉਹਨਾਂ ਦਾ ਉੱਥੇ ਮਹਿਲ ਹੈ ਇਧਰ ਕਾਲਜ ਰਹਿ ਗਿਆ ਤੇ ਇਧਰ ਗੁਰਦੁਆਰਾ ਕਨ ਸਾਹਿਬ ਰਹਿ ਗਿਆ ਸਾਰੀਆਂ ਚੀਜ਼ਾਂ ਨੇੜੇ-ਨੇੜੇ ਆ ਬਹੁਤ ਹੀ ਤੇ ਤੁਸੀਂ ਇੱਥੇ ਦੇਖ ਨਾ ਸਕਦੇ ਆ ਆ ਦੇਖੋ ਯਾਰ ਉੱਪਰ ਚੜਨ ਨਿੱਕੇ-ਨਿੱਕੀਆਂ ਪੌੜੀਆਂ ਤੇ ਜਿਹੜਾ ਮੈਂ ਤੁਹਾਨੂੰ ਅਗਵਤਾਨ ਸਿੰਘ ਦੇ ਮਕਬਰੇ ਦਾ ਜ਼ਿਕਰ ਕੀਤਾ ਸੀ ਨਾ ਉਹ ਵਲੌਗ ਤੁਸੀਂ ਜ਼ਰੂਰ ਦੇਖ ਕੇ ਆਇਓ ਤੇ ਗੋਲਿਆਰ ਦੇ ਵਿੱਚ ਅਸੀਂ ਫਿਲਮਾਇਆ ਸੀਗਾ ਉਹਨੂੰ ਤੇ ਤਾਨ ਸਿੰਘ ਜਿਹੜਾ ਸੀਗਾ ਬੜਾ ਹੀ ਮਸ਼ਹੂਰ ਸੰਗੀਤਕਾਰ ਰਹਿ ਗਿਆ ਕਹਿੰਦੇ ਉਹਦੇ ਵੀ ਜਦੋਂ ਤਾਨ ਸਿੰਘ ਗਾਉਣ ਲੱਗ ਜਾਂਦਾ ਸੀ ਉਦੋਂ ਮੀਂਹ ਵਰਸਣ ਲੱਗ ਜਾਂਦਾ ਸੀ ਤੇ ਇੰਨਾ ਮਤਲਬ ਪਿਆਰਾ ਗਾਉਂਦਾ ਸੀ ਪੰਜਾਬ ਦੇ ਅੱਜਕੱਲ ਬਹੁਤੇ ਸਾਰੇ ਗਾਇਕ ਹੁੰਦਾ ਤਾਨ ਸਿੰਘ ਬਾਰੇ ਹੀ ਨਹੀਂ ਪਤਾ ਹੁਣਾਂ ਚੱਕੇ ਬਾਜਾ ਅੱਜ ਕਹਿ ਲਾ ਕਿਉਂ ਸ਼ੇਰੇ ਸਹੀ ਗੱਲ ਹੈ ਨਾ ਇਹ ਗੈਗ ਬਣਿਆ ਫਿਰਦਾ ਘਟੋ ਘਟ ਮੈਨੂੰ ਇਹ ਲੱਗਦਾ ਵੀ ਉਹਦੀ ਮਜਾਰਤੇ ਤਾਂ ਜਾਣਾ ਚਾਹੀਦਾ ਐਡਾ ਵੱਡਾ ਸੰਗੀਤਕਾਰ ਹੋਇਆ ਯਾਰ ਦੁਨੀਆ 'ਚ ਤੇ ਉਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਖੈਰ ਬਾਕੀ ਗੱਲਾਂ ਬਾਅਦ 'ਚ ਰਹਿ ਗਈਆਂ ਤੁਸੀਂ ਇੱਥੇ ਇਹ ਚੀਜ਼ ਦੇਖ ਕੇ ਜਾਇਓ ਇਹ ਵੀ ਨਾਲ-ਨਾਲ ਬਟਾਲੇ ਸ਼ਹਿਰ ਦੀ ਸ਼ਾਨ ਹੈ ਤੁਹਾਨੂੰ ਵਧੀਆ ਲੱਗੂਗਾ ਇੱਥੇ ਆ ਕੇ ਸੋਏ ਸੀ ਆਪਣਾ ਅੱਜ ਦਾ ਵਲੌਗ ਜਿਹਦੇ 'ਚ ਆਪਾਂ ਤੁਹਾਨੂੰ ਬਟਾਲੇ ਸ਼ਹਿਰ ਦੀਆਂ ਥੋੜੀਆਂ-ਬਹੁਤੀਆਂ ਚੀਜ਼ਾਂ ਦਿਖਾਈਆਂ ਜਿਹਦੇ 'ਚ ਜਿਹੜਾ ਮੇਨ ਗੁਰਦੁਆਰਾ ਸਾਹਿਬ ਸੀਗਾ ਵੈਸੇ ਕੰਦ ਸਾਹਿਬ ਤੇ ਗੁਰੂ ਆਸ਼ਾ ਨਾਲ ਵੀ ਇਹ ਸ਼ਹਿਰ ਸੰਬੰਧਿਤ ਰਹੇਗਾ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਇਹ ਸ਼ਹਿਰ ਸੰਬੰਧਿਤ ਰਹੇਗਾ ਤੇ ਉਸ ਤੋਂ ਬਾਅਦ ਵੀ ਬਹੁਤ ਮਸ਼ਹੂਰ ਹਸਤੀਆਂ ਇਹ ਸ਼ਹਿਰ ਦੀਆਂ ਹੋਈਆਂ ਜਿਵੇਂ ਤੁਹਾਨੂੰ ਦੱਸਿਆ ਬਹੁਤ ਪੁਰਾਣਾ ਸ਼ਹਿਰ ਹੈ ਜਿਵੇਂ ਪੂਰੇ ਵਲੌਗ ਚ ਤੁਸੀਂ ਦੇਖਿਆ ਹੀ ਹੈ ਬਾਕੀ ਲੈਂਦੇ ਪੰਜਾਬ ਤੋਂ ਖੁਸ਼ੀ ਤੁਹਾਨੂੰ ਦਿਖਾਉਂਦੇ ਰਹੂਗੀ ਹੁਣ ਲੈਂਦਾ ਪੰਜਾਬ ਤੇ ਪੂਰਾ ਘਮਾਉਣਾ ਉਹਨੇ ਤੇ ਉਥੋਂ ਦੀਆਂ ਜਿਹੜੀਆਂ ਆਪਣੀਆਂ ਗੁਰਦਾਮ ਹੋ ਗਏ ਭਵੇਂ ਉਹ ਇਤਿਹਾਸਕ ਚੀਜ਼ਾਂ ਹੋਗੀਆਂ ਕਿਲੇ ਹੋਗੇ ਜਾਂ ਆਪਣੀਆਂ ਜਿੰਨੀਆਂ ਵੀ ਵਿਰਾਸਤਾਂ ਲਾਹੌਰ ਦੇ ਵਿੱਚ ਜਾਂ ਲਾਹੌਰ ਦੇ ਆਲੇ ਦੁਆਲੇ ਨੇ ਸੋ ਇੰਤਜ਼ਾਰ ਕਰਿਓ ਤੁਸੀਂ ਉਥੋਂ ਦੇ ਵਲੌਗਸ ਦਾ ਸ਼ਾਇਦ ਨੈਟਵਰਕ ਨਾ ਹੋਣ ਕਰਕੇ ਮੈਂ ਫਿਰ ਰੀਪੀਟ ਕਰਦਾ ਵੀ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਬਾਅਦ ਵਲੌਗ ਆਇਆ ਕਰੂਗਾ ਕਿਉਂਕਿ ਕੰਟੀਨਿਊਟੀ ਚ ਵਲੌਗ ਨਹੀਂ ਆਉਣਗੇ ਉੱਥੇ ਨੈਟਵਰਕ ਦੀ ਪ੍ਰੋਬਲਮ ਹੈ ਜਾਂ ਤੁਸੀਂ ਇਹ ਕਹਿ ਲਓ ਆਪਾਂ SIM ਵਗੈਰਾ ਉੱਥੇ ਨਹੀਂ ਲੈ ਸਕਦੇ ਕੁਝ ਰੈਸਟ੍ਰਿਕਸ਼ਨ ਜਿਹੀਆਂ ਕੰਟਰੀਜ਼ ਦੀਆਂ ਹਨ ਦੋਵੇਂ ਕੰਟਰੀਆਂ 'ਚ ਆਪਸ ਤੁਹਾਨੂੰ ਪਤਾ ਹੀ ਹੈ ਇੰਡੀਆ ਪਾਕਿਸਤਾਨ ਦਾ ਕਿੰਨਾ ਡਿਸਪੂਟ ਚੱਲਦਾ ਰਹਿੰਦਾ ਉਹਦੇ ਕਾਰਨ ਸੋ ਮਿਲਦੇ ਆਪਾਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਪੰਜਾਬੀ ਟਰੈਵਲ ਕਪਲ ਤੇ ਖੁਸ਼ੀ ਦੇ ਨਾਲ ਲੈਂਦੇ ਪੰਜਾਬ ਤੋਂ ਤੁਸੀਂ ਜੁੜੇ ਰਹੇ ਹੋ ਵੱਧ ਤੋਂ ਵੱਧ ਕਮੈਂਟਸ ਕਰਿਓ ਐਪਰੀਸ਼ੀਏਟ ਕਰਿਓ ਉਹਦੇ ਵਲੌਗ ਨੂੰ ਸ਼ੇਅਰ ਕਰਿਓ ਉਹਨੂੰ ਥੋੜਾ ਜਿਹਾ ਮਤਲਬ ਹੌਸਲਾ ਮਿਲੂਗਾ ਤੇ ਬਾਕੀ ਸੋ ਕੋਈ ਸੁਜੈਸ਼ਨ ਹੋਣਗੇ ਤੁਹਾਡੇ ਉਹ ਵੀ ਕਮੈਂਟਸ ਦੇ ਵਿੱਚ ਉੱਥੇ ਜਾ ਕੇ ਤੁਸੀਂ ਦੇ ਸਕਦੇ ਹੋ ਤੇ ਮਿਲਦੇ ਆ ਆ ਸ਼ੇਰੇ ਬਾਈ ਦਾ ਅੱਜ ਥੈਂਕ ਯੂ ਸ਼ੇਰੇ ਬਾਈ ਨੇ ਬਹੁਤ ਕਮਾਇਆ ਆਪਾਨੂੰ ਸਾਰਾ ਦਿਖਾਇਆ ਥੈਂਕ ਯੂ ਸੋ ਮੱਚ ਬ੍ਰਾ ਮਿਲਦੇ ਆ ਨਵੇਂ ਵਲੌਗਸ ਨਾਲ ਮੀਟਿੰਗ ਨਾਲ ਗੁੱਡ ਬਾਏ